ਉਹਨ ਵਕਤ ਹੈ ਹੈ ਅਖਬਾਰਾਂ ਬੋਲਦੀਆਂ ਸੈਟਨ ਦਾ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਤੇ ਲੇਖਕ ਨੇ ਖਨੀਫ ਸਾਹਿਬ ਲਿਖਦੇ ਨੇ ਕਿ ਸਾਡੀ ਇੱਜ਼ਤ ਵੀ ਛੇਤੀ ਹੁੰਦੀ ਹੈ ਤੇ ਯਾਰ ਉਹ ਬੇਇੱਜ਼ਤੀ ਵੀ ਬਚਪਨ ਤੋਂ ਹੀ ਸਾਡੀਆਂ ਮਾਵਾਂ ਸਾਨੂੰ ਸਮਝਾ ਦਿੰਦੀਆਂ ਨੇ ਕਿ ਬੰਦੇ ਦੀ ਇੱਜ਼ਤ ਪੁੱਤਰਾ ਬੰਦੇ ਦੇ ਆਪਣੇ ਹੱਥ ਹੁੰਦੀ ਹੈ لیکن ਸਾਡਾ ਪਤਾ ਨਹੀਂ ਕੀ ਮਸਲਾ ਹੈ ਕਿ ਸਾਡੀ ਇੱਜ਼ਤ ਵੀ ਬੜੀ ਛੇਤੀ ਹੋ ਜਾਂਦੀ ਹੈ ਤੇ ਬੇਇੱਜ਼ਤੀ ਹੋਣ ਤੇ ਵੀ ਕੋਈ ਟਾਈਮ ਟੂ ਮੈਨੂੰ ਨਹੀਂ ਲੱਗਦਾ ਲੇਕ ਕਹਿੰਦਾ ਕਿ ਮੇਰਾ ਖਿਆਲ ਹੈ ਕਿ ਪਾਕਿਸਤਾਨ ਤੋਂ ਸਭ ਤੋਂ ਜ਼ਿਆਦਾ ਦੂਰ ਜਿਹੜਾ ਮੁਲਕ ਹੈ ਉਹ ਹੈ ਨਿਊਜ਼ੀਲੈਂਡ ਉੱਥੇ ਇੱਕ ਮਸਜਿਦ ਤੇ ਹਮਲਾ ਹੋਇਆ ਬੜਾ ਵੱਡਾ ਜ਼ੁਲਮ ਹੋਇਆ ਬੜਾ ਵੱਡਾ ਤੇ ਉੱਥੇ ਉੱਥੋਂ ਦੀ ਜਿਹੜੀ ਗੋਰੀ ਵਜ਼ੀਰ ਹੈ ਜਿਹੜੀ ਵਜ਼ੀਰ ਆਜ਼ਮ ਮਜ਼ਲੂਮਾਂ ਦੇ ਨਾਲ ਜਾ ਖੜੋਤੀ ਖੜਗੀ ਨਾਲ ਡੱਟ ਕੇ ਤੇ ਖਲੋਣਾ ਵੀ ਬਣਦਾ ਸੀ ਜਨਾਬ ਜਦੋਂ ਉਹ ਸਾਡੇ ਮਜ਼ਲੂਮ ਮੁਸਲਮਾਨ ਭਰਾਵਾਂ ਤੇ ਭੈਣਾਂ ਨੂੰ ਮਿਲਣ ਗਈ ਤਾਂ ਉਹ ਸਿਰ ਤੇ ਚਾਦਰ ਪਾ ਕੇ ਗਈ ਸਾਡਾ ਪੂਰੀ ਕੌਮ ਦਾ ਪਤਾ ਨਹੀਂ ਕੀ ਮਸਲਾ ਹੈ ਕਿ ਅਸੀਂ ਗੋਰੀ ਦੇ ਸਿਰ ਤੇ ਦੁਪੱਟਾ ਜਾਂ ਚਾਦਰ ਵੇਖ ਲਈਏ ਤਾਂ ਸਾਡਾ ਇਮਾਨ ਤਾਰਾ ਹੋ ਜਾਂਦਾ ਇਮਾਨ ਅਸੀਂ ਇਹਤੇ ਹਜ਼ਾਰਾਂ ਮੀਲ ਦੂਰ ਬੈਠੇ ਟੀਵੀ ਤੇ ਗੋਰੀ ਵਜ਼ੀਰ ਆਜ਼ਮ ਨੂੰ ਚਾਦਰ ਲਿਆ ਵੇਖ ਨਾਰੇ ਮਾਰ ਛੱਡੇ ਨਾਰੇ ਨਾਰੇ ਕਿਸੇ ਨੇ ਉਸ ਨੂੰ ਵੱਡੀ ਭੈਣ ਬਣਾ ਲਿਆ ਕਿਸੇ ਨੇ ਫੁੱਫੀ ਕਈ ਤਾਂ ਮੁੰਡੇ ਦਾ ਰਿਸ਼ਤਾ ਭੇਜਨ ਨੂੰ ਫਿਰਦੇ ਸਨ ਫਿਰ ਪਤਾ ਲੱਗਿਆ ਕਿ ਆਪ ਹੀ ਬੱਚਿਆਂ ਵਾਲੀ ਹੈ ਅਸੀਂ ਐਵੇਂ ਹੀ ਉਸ ਨੂੰ ਜ਼ਬਰਦਸਤੀ ਧੱਕੇ ਨਾਲ ਇਸਲਾਮ ਦੇ ਦਾਇਰੇ ਵਿੱਚ ਵਾਰਨ ਦੀ ਕੋਸ਼ਿਸ਼ ਕੀਤੀ ਹੁਣ ਪਿਛਲੇ ਹਫਤੇ ਲੇਖ ਕਹਿੰਦਾ ਹੈ ਕਿ ਨਿਊਜ਼ੀਲੈਂਡ ਟੀਮ ਨੇ ਪਾਕਿਸਤਾਨ ਵਿੱਚ ক্রিকেট ਮੈਚ ਖੇਡਣਾ ਸੀ ক্রিকেট ক্রিকেট ਮੈਚ ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਨੇ ਫੈਸਲਾ ਕੀਤਾ ਕਿ ਇੱਥੇ ਸਾਡੀਆਂ ਜਾਨਾਂ ਨੂੰ ਖਤਰਾ ਹੈ ਜਾਨਾਂ ਨੂੰ ਖਤਰਾ ਹੈ ਤੇ ਟੀਮ ਰਾਤੋਂ ਰਾਤ ਵਾਪਸ ਤੁਰ ਗਈ ਸਾਡੇ ਵਜ਼ੀਰੇ ਆਜ਼ਮ ਲੇਖ ਕਹਿੰਦਾ ਹੈ ਕਿ ਇਮਰਾਨ ਖਾਨ ਸਾਹਿਬ ਤੋਂ ਜਿਆਦਾ ਨਿਊਜ਼ੀਲੈਂਡ ਨੂੰ ਕੌਣ ਜਾਣ ਸਕਦਾ ਹੈ ਕੌਣ ਤੇ ਵਜ਼ੀਰ ਆਜ਼ਮ ਖਾਨ ਸਾਹਿਬ ਤੋਂ ਜਿਆਦਾ ਗੂਰੀਆਂ ਨੂੰ ਵੀ ਕੌਣ ਸਮਝ ਸਕਦਾ ਹੈ ਉਹਨਾਂ ਨੇ ਪੂਣ ਚੁੱਕਿਆ ਤੇ ਵਜ਼ੀਰ ਆਜ਼ਮ ਨਾਲ ਗੱਲ ਕੀਤੀ ਲੇਕਿਨ ਉਹ ਨਾ ਮੰਨੀ ਨਾ ਮੈਂ ਨਾ ਮੰਨੂ ਤੇ ਹੁਣ ਉਹੀ ਵਜ਼ੀਰ ਆਜ਼ਮ ਜਿਹੜੀ ਸਾਨੂੰ ਮਾਵਾ ਤੇ ਭੈਣਾ ਵਾਂਗ ਪਿਆਰੀ ਹੋ ਗਈ ਸੀ ਫੁੱਫੀ ਲੱਗਦੀ ਸੀ ਮਾਸੀ ਲੱਗਦੀ ਸੀ ਉਹ ਸਾਡੀ ਹੁਣ ਸਰੇ ਦੇ ਦੁਸ਼ਮਣ ਹੋ ਗਈ ਇਹ ਦੁਸ਼ਮਣ ਸਿਰ ਤੇ ਦੁਪੱਟਾ ਲੈ ਕੇ ਮਸੀਤੇ ਜਾ ਕੇ ਜਿਸ ਨੇ ਸਾਡੀ ਇੱਜ਼ਤ ਵਧਾਈ ਸੀ ਉਸ ਨੇ ਹੁਣ ਟੀਮ ਨੂੰ ਵਾਪਸ ਬੁਲਾ ਕੇ ਸਾਡੀ ਬੇਇੱਜ਼ਤੀ ਕਰ ਛੱਡੀ ਦੇਖ ਕੇ ਕਹਿੰਦਾ ਕਿ ਮੈਨੂੰ ਕ੍ਰਿਕਟ ਦੇ ਸ਼ੁਕੀਨਾਂ ਦਾ ਗਾਮ ਸਮਝ ਆਉਂਦਾ ਹੈ ਉਹਨਾਂ ਦਾ ਖਿਆਲ ਸੀ ਕਿ ਮੈਚ ਸ਼ੁਰੂ ਹੋਏਗਾ ਤੇ ਆਟੇ ਦਾਲ ਦੇ ਭਾਅ ਭੁੱਲ ਜਾਣਗੇ ਬਾਕੀ ਸਾਰੇ ਗਾਮ ਉਹ ਵੀ ਭੁੱਲ ਕੇ ਬਸ ਮੈਚ ਵੇਖਾਂਗੇ ਮੈਚ ਉਹ ਅੰਦਰੋਂ ਬਾਹਰ ਗੋਰੇ ਹੀ ਨੇ ਇੱਥੇ ਕ੍ਰਿਕਟ ਦਾ ਸ਼ੌਂਕ ਇੰਨਾ ਹੈ ਵੀ ਘਰ ਦੇ ਜੀ ਦੀ ਗਿਣਤੀ ਪੂਰੀ ਹੋਵੇ ਨਾ ਹੋਵੇ ਪਰ 30 ਸਾਲ ਪਹਿਲਾਂ ਕਿਸ ਨੇ ਕਿੱਥੇ ਸ਼ੱਕਾ ਮਾਰਿਆ ਸੀ ਤੇ ਕਿਹੜੀ ਬਾਲ ਅੰਦਰ ਆਈ ਸੀ ਤੇ ਕਿਹੜੀ ਬਾਹਰ ਸਵਿੰਗ ਹੋਈ ਸੀ ਇਹ ਸਭ ਯਾਦ ਰਹਿੰਦਾ ਸਾਡੇ ਨਹੀਂ ਭੁੱਲਦੇ ਇਹ ਸਭ ਯਾਦ ਰਹਿੰਦਾ ਨਿਊਜ਼ੀਲੈਂਡ ਦੀ ਟੀਮ ਨਸ ਗਈ ਹੈ ਭੜਾ ਕੀਤਾ ਹੈ ਪੂਰੇ ਜੱਗ ਨੇ ਠੂ 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 ਕੀਤੀ ਪਰ ਸਾਨੂੰ ਆਪਣੀ ਬੇਇੱਜ਼ਤੀ ਨਹੀਂ ਭੁੱਲ ਰਹੀ ਇਹਨਾਂ ਹੀ ਗੱਲਾਂ ਤੇ ਅਸੀਂ ਪਿੰਡ 'ਚ ਜਾ ਕੇ ਕਿਸੇ ਦਾ ਨੱਕ ਵੱਡ ਛੱਡਦੇ ਆ ਜਾਂ ਆਪਣਾ ਵੀ ਕਦੇ-ਕਦੇ ਲੈ ਕੇ ਕਹਿੰਦਾ ਵੜਾ ਲੈਨੇ ਆ ਪਰ ਜਿਹੜਾ ਠੰਡੇ ਦਿਲ ਨਾਲ ਸੋਚੋ ਵੀ ਨਿਊਜ਼ੀਲੈਂਡ ਵਾਲੇ ਭਾਵੇਂ ਦੁਪੱਟੇ ਪਾਉਣ ਤੇ ਭਾਵੇਂ ਕੱਛੇ ਉਹ ਅੰਦਰੋਂ ਬਾਹਰੋਂ ਲੈ ਕੇ ਕਹਿੰਦਾ ਗੋਰੇ ਹੀ ਨੇ ਆਪਣੀ ਬੇਇੱਜ਼ਤੀ ਦਾ ਰੋਣਾ ਰੋਲੋ ਪਰ ਨਾਲ-ਨਾਲ ਕੌਮ ਨੂੰ ਇਹ ਵੀ ਦੱਸੋ ਇਹ ਵੀ ਦੱਸੋ ਕਿ ਨਿਊਜ਼ੀਲੈਂਡ ਦਾ ਬਣਿਆ ਹੀ ਕਤਲੇਆਂ ਹੁੰਦੇ ਸੀ ਨਿਊਜ਼ੀਲੈਂਡ ਦਾ ਬਣਿਆ ਹੀ ਕਤਲੇਆਂ ਹੁੰਦੇ ਸੀ ਸਾਡੇ ਰੰਗ ਦੇ ਜਿਹੜੇ ਉੱਥੇ ਦੇ ਅਸਲੀ ਵਸਿੰਦੇ ਸਨ ਉਹਨਾਂ ਦੀਆਂ ਨਸਲਾਂ ਨੂੰ ਮਕਾ ਕੇ ਇੱਥੇ ਗੂਰਿਆਂ ਨੇ ਆਪਣਾ ਇੱਕ ਦੇਸ਼ ਬਣਾ ਲਿਆ ਤੇ ਉਹ ਉੱਤੋਂ ਇਹ ਵੀ ਆਖਦੇ ਨੇ ਕਿ ਅਸੀਂ ਦੁਨੀਆ ਦੇ ਸਭ ਤੋਂ ਜ਼ਿਆਦਾ ਸ਼ਰੀਫ ਗੂਰਿਆਂ ਇਹ ਨੋ ਸੱਤ ਸਾਨੂੰ ਵੇਖੋ ਲੇਖੇ ਕਹਿੰਦਾ ਜੇ ਲੋੜ ਪਵੇ ਤਾਂ ਤੁਹਾਡੀ ਮਸੀਤੇ ਵੀ ਆ ਜਾਣੇ ਆ ਤੇ ਤੁਹਾਨੂੰ ਆ ਜਫੀਆਂ ਜੂਫੀਆਂ ਵੀ ਪਾ ਲੈਣੇ ਆ ਮੇਰਾ ਖਿਆਲ ਹੈ ਲੇਖੇ ਕਹਿੰਦਾ ਕਿ ਮਾਵਾ ਸਹੀ ਕਹਿੰਦੀਆਂ ਸਾਨਾ ਸਹੀ ਇਹੋ ਜੇ ਲੋਕਾਂ ਦੇ ਹੱਥੋਂ ਕਿਹੜੀ ਇੱਜ਼ਤ ਤੇ ਕਿਹੜੀ ਬੇਇੱਜ਼ਤੀ ਇੱਜ਼ਤ ਆਪੋ ਆਪਣੇ ਆਪਣੀ ਹੱਥੀ ਹੁੰਦੀ ਹੈ ਇੱਜ਼ਤ ਆਪਣੇ ਹੱਥੀ ਹੁੰਦੀ ਹੈ ਬਾਕੀ ਰਹੀ ক্রিকেট ਤੇ ਉਹ ਕਿਹੜਾ ਸਾਡੇ ਬੈਟ ਬੱਲੇ ਨਾਲ ਲੱਗੇ ਨੇ ਅਸੀਂ ਗਲੀਆਂ 'ਚ ਖੇਡ ਲਾਂਗੇ ਸੜਕਾਂ ਤੇ ਖੇਡਾਂਗੇ ਇਸ ਦੇ ਨਾਲ ਅਫਗਾਨਿਸਤਾਨ ਗੁਆੜ ਸਾਡੇ ਤਾਲੇਬਾਨ ਭਰਾ ਆ ਗਏ ਨੇ ਲਿਖੇ ਕਹਿੰਦਾ ਉਹਨਾਂ ਨੇ ਵੀ ਸੁਣਿਆ ਕਿ ਟੀਮ ਹੈ ਉਹਨਾਂ ਦੇ ਕੋਲ ਹੋਰ ਕੋਈ ਟੀਮ ਨਾ ਆਈ ਤੇ ਉਹਨਾਂ ਨਾਲ ਹੀ ਖੇਡਦੇ ਰਵਾਂਗੇ ਵੌਇਸ ਆਫ ਸਿਟੀ 1320 AM ਤੇ ਇੱਕ ਵਿਅੰਗ ਪਾਕਿਸਤਾਨ ਦੇ ਇੱਕ ਮੰਨੇ ਪ੍ਰਮੰਨੇ ਸੀਨੀਅਰ ਲੇਖਕ ਤੇ ਪੱਤਰਕਾਰ BBC ਪੰਜਾਬੀ ਅਖਬਾਰ ਸ਼ਬਿਆ ਤੁਹਾਡੀ ਨਜ਼ਰ ਕੀਤਾ ਸਾਡੀ ਇੱਜ਼ਤ ਵੀ ਬੜੀ ਛੇਤੀ ਹੋ ਜਾਂਦੀ ਜੇ ਦੇ ਬੇਟੀ ਫੋਨ ਲੱਗਿਆ ਵੀ ਕੋਈ ਟਾਈਮ ਨਹੀਂ ਲੱਗਦਾ ਜੇ ਮੁਹੰਮਦ ਹਨੀਫ ਸਾਹਿਬ ਵਾਈਸਪ੍ਰੀਜ਼ੀਡੈਂਟ 2020 ਹੈ